ਬੀਜੇਪੀ ਸਾਂਸਦ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਤਾਂ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਵਿਰੋਧ ਜਤਾਇਆ ਜਾ ਰਿਹਾ ਹੈ। ਤੇ ਨਾਲ ਹੀ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਐਮਰਜੈਂਸੀ ਫਿਲਮ ਦੇ ਨਿਰਮਾਤਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਅਤੇ ਕਿਹਾ ਗਿਆ ਕਿ ਇਸ ਦੇ ਵਿੱਚ ਬਹੁਤ ਸਾਰੇ ਸਿੱਖ ਵਿਰੋਧੀ ਸੀਨ ਨੇ ਜਿਹੜੇ ਕੱਟੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਕੰਗਨਾ ਰਣੌਤ ਅਤੇ ਫਿਲਮ ਦੇ ਨਿਰਮਾਤਾ ਦੇ ਵੱਲੋਂ ਜੋ ਟ੍ਰੇਲਰ ਜਾਰੀ ਕੀਤਾ ਗਿਆ ਉਸ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ ਅਤੇ ਸਿੱਖ ਕੌਮ ਤੋਂ ਮੁਆਫ਼ੀ ਮੰਗੀ ਜਾਵੇ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਵੀ ਕੰਗਨਾ ਦੀ ਫਿਲਮ ਐਮਰਜੈਂਸੀ ਤੇ ਰਿਲੀਜ਼ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਵਕੀਲ ਇਮਾਨ ਸਿੰਘ ਖਾਰਾ ਦੇ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ। 6 ਸਤੰਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਇਸ ਫਿਲਮ ਦੇ ਵਿੱਚ ਇਲਜ਼ਾਮ ਇਹ ਨੇ ਕਿ ਸਿੱਖਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਫਿਲਮ ਦੇ ਵਿੱਚ ਕੰਗਨਾ ਰਣੌਤ ਨੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ ਅਤੇ ਇਸ ਫਿਲਮ ਤੇ ਸਿੱਖ ਜਥੇਬੰਦੀਆਂ ਇਤਰਾਜ਼ ਜਤਾ ਰਹੀਆਂ ਨੇ। ਇਲਜ਼ਾਮ ਇਹ ਹੈ ਕਿ ਫਿਲਮਾਂ ਦੇ ਵਿੱਚ ਸਿੱਖਾਂ ਦਾ ਗਲਤ ਅਕਸ ਦਿਖਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਥੀਏਟਰ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਸ ਥੀਏਟਰ ਦੇ ਵਿੱਚ ਕੰਗਨਾ ਦੀ ਫਿਲਮ ਨੂੰ ਨਾ ਲਾਇਆ ਜਾਵੇ ਅਤੇ ਪੰਜਾਬ ਦੇ ਵੱਖ ਵੱਖ ਥੀਏਟਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕੰਗਨਾ ਰਣੌਤ ਦੀ ਫਿਲਮ ਨੂੰ ਨਾ ਦਿਖਾਇਆ ਜਾਵੇ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਿਲਮ ਐਮਰਜੈਂਸੀ ਤੇ ਰੋਕ ਲਾਉਣ ਦੀ ਜੋ ਪਟੀਸ਼ਨ ਦਾਖਲ ਕੀਤੀ ਗਈ ਆ ਉਸ ਦੇ ਵਿੱਚ ਗੁਰਿੰਦਰ ਸਿੰਘ ਅਤੇ ਜਗਮੋਹਨ ਪਟੀਸ਼ਨ ਕਰਤਾ ਨੇ ਤੇ ਵਕੀਲ ਇਮਾਨ ਸਿੰਘ ਖਾਰਾ ਦੇ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਆ। ਹਾਲਾਂਕਿ ਦੇਖਣਾ ਹੋਏਗਾ ਕਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਤੇ ਸੁਣਵਾਈ ਹੁੰਦੀ ਹੈ। ਪਰ ਕੰਗਨਾ ਰਣੌਤ ਜਿੱਥੇ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਹੈ ਉੱਥੇ ਦੂਜੇ ਪਾਸੇ ਉਸ ਦੀ ਫਿਲਮ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਲਜ਼ਾਮ ਇਹੀ ਨੇ ਕਿ ਇਸ ਫਿਲਮ ਦੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦਿਖਾਇਆ ਗਿਆ ਅਤੇ ਸਿੱਖਾਂ ਦੇ ਅਕਸ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ। ਦੇਖੋ ਸਰ, ਬੇਸਿਕਲੀ ਇਸ ਫਿਲਮ ਨੇ ਜੋ ਸਿਨੇਮੈਟੋਗ੍ਰਾਫ ਐਕਟ ਹੈ 1952 ਉਸ ਦੀ ਘੋਰ ਉਲੰਘਣਾ ਕੀਤੀ ਹੈ। ਜੋ ਗਾਈਡਲਾਈਨਸ ਬਣੀਆਂ ਨੇ ਸਰਟੀਫਿਕੇਸ਼ਨ ਆਫ ਫਿਲਮ ਦੀਆਂ ਉਸ ਦੀ ਉਲੰਘਣਾ ਹੈ। ਤਾਂ ਸਾਡੀ ਪਹਿਲੀ ਮੰਗ ਹੈ ਵੀ ਜੋ ਇਹਨੂੰ ਸਰਟੀਫਿਕੇਟ ਦਿੱਤਾ ਗਿਆ ਉਹ ਜਿਹੜਾ ਸਰਟੀਫਿਕੇਟ ਹੈ ਉਹ ਰਿਵੋਕ ਹੋਣਾ ਚਾਹੀਦਾ। ਦੂਸਰੀ ਸਾਡੀ ਮੰਗ ਇਹ ਹੈ ਵੀ ਜਿਹੜੀ ਫਿਲਮ ਦੇ ਵਿੱਚੋਂ ਸੀਨ ਨੇ ਜਿਸ ਤਰ੍ਹਾਂ ਸਿੱਖ ਕਮਿਊਨਿਟੀ ਨੂੰ ਠੇਸ ਪਹੁੰਚਦੀ ਹੈ, ਜੋ ਇੱਕ ਐਂਟੀ ਸਿੱਖ ਨੈਰੇਟਿਵ ਬਣਦਾ ਹੈ, ਜੋ ਪੰਜਾਬ ਦਾ ਇੱਕ ਭਾਈਚਾਰਕ ਸਾਂਝ ਹੈ, ਜੋ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਠੇਸ ਪਹੁੰਚਦੀ ਹੈ, ਤਾਂ ਉਹ ਜਿਹੜੇ ਸੀਨ ਨੇ ਫਿਲਮ 'ਚੋਂ ਡਿਲੀਟ ਹੋਣੇ ਚਾਹੀਦੇ ਹੈ। ਇੱਕ ਰਿਵਿਊ ਕਮੇਟੀ ਬਣਨੀ ਚਾਹੀਦੀ ਹੈ। ਉਸ ਰਿਵਿਊ ਕਮੇਟੀ ਦੇ ਵਿੱਚ ਜੋ ਐਮੀਨੈਂਟ ਸਿੱਖ ਪਰਸਨੈਲਿਟੀਜ਼ ਨੇ, ਜਿਸ ਨੂੰ ਜੋ ਅਸੀਂ ਇਸ ਦੇ ਵਿੱਚ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਣਾਇਆ, ਉਹ ਵੀ ਆਪਦੇ ਬੰਦੇ ਨੋਮੀਨੇਟ ਕਰ ਸਕਦੀ ਹੈ। ਤਾਂ ਰਿਵਿਊ ਕਮੇਟੀ ਬਣ ਕੇ ਜਦੋਂ ਤੱਕ ਇਹ ਕੇਸ ਡਿਸਾਈਡ ਨਹੀਂ ਹੁੰਦਾ, ਜਦੋਂ ਤੱਕ ਉਹ ਸੀਨ ਕੱਟੇ ਨਹੀਂ ਜਾਂਦੇ, ਉਦੋਂ ਤੱਕ ਇਸ ਫਿਲਮ 'ਤੇ ਸਟੇਅ ਲੱਗਣਾ ਚਾਹੀਦਾ। ਉਸ ਤੋਂ ਬਾਅਦ ਉਹ ਸੀਨ ਕੱਟਣ ਤੋਂ ਬਾਅਦ ਇਹ ਜੇ ਚਾਹੇ ਤਾਂ ਫਿਲਮ ਚਲਾ ਸਕਦੇ ਨੇ। ਇਹ ਸਾਡੀ ਮੰਗ ਹੈ ਜੀ, ਕਿਉਂਕਿ ਹਾਲ ਹੀ 'ਚ ਕਾਫੀ ਵਿਵਾਦਾਂ 'ਚ ਵੀ ਰਹੀ ਹੈ ਕੰਗਨਾ ਰਣੌਤ, ਜਿਸ ਤਰੀਕੇ ਨਾਲ ਟ੍ਰੇਲਰ ਸਾਹਮਣੇ ਆਇਆ, ਟ੍ਰੇਲਰ ਰਿਲੀਜ਼ ਹੋਇਆ ਸੀ ਕੁਝ ਦਿਨ ਪਹਿਲਾਂ, ਉਹ ਅਸੀਂ ਵਿੱਚ ਲਾਇਆ, ਉਸ ਦੀਆਂ ਤਸਵੀਰਾਂ ਲਾਈਆਂ ਨੇ। ਉਸ ਵਿੱਚ ਤੁਸੀਂ ਦੇਖੋ 2 ਮਿੰਟ ਤੇ 39 ਸੈਕਿੰਡ ਤੇ ਇੱਕ ਸੀਨ ਦਿਖਾਇਆ ਗਿਆ ਕਿ ਕਿਵੇਂ ਕੁਝ ਅੰਮ੍ਰਿਤਧਾਰੀ ਸਿੱਖ ਜਿਨ੍ਹਾਂ ਦੇ ਗਾਤਰਾ ਪਾਇਆ ਹੋਇਆ ਤੇ ਉਹ AK-47 ਦੇ ਨਾਲ ਕੁਝ ਕਲੀਨ 6 ਬੰਦੇ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਰਹੇ ਨੇ। ਅੰਮ੍ਰਿਤਸਰ ਤੋਂ ਜੋ ਤਰਨ ਤਾਰਨ ਬੱਸ ਜਾ ਰਹੀ ਹੈ, ਤਾਂ ਦੇਖੋ ਉਹ ਜੋ ਪੰਜਾਬ ਦਾ 9 ਮਾਸ ਦਾ ਰਿਸ਼ਤਾ ਹੈ, ਜੋ ਭਾਈਚਾਰਕ ਸਾਂਝ ਹੈ, ਉਸ ਨੂੰ ਠੇਸ ਪਹੁੰਚਾਉਂਦੀ ਹੈ। ਜੋ ਸਿੱਖ ਕਮਿਊਨਿਟੀ ਦੇ ਅਗੇਂਸਟ ਇੱਕ ਆਲ ਓਵਰ ਇੰਡੀਆ ਇੱਕ ਕਰੈਕਟਰ ਅਸੈਸੀਨੇਸ਼ਨ ਹੁੰਦੀ ਹੈ। ਦੂਸਰਾ ਜਿਹੜਾ ਗਰਾਊਂਡ ਹੈ, ਜੋ 10ਵੇਂ ਜਿਹੜੇ ਗੁਰੂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਉਹਨਾਂ ਦੀ ਜਿਹੜੀ ਸਿਰਜੀ ਹੋਈ ਦਮਦਮੀ ਟਕਸਾਲ ਹੈ ਉਹਨਾਂ ਦੇ 14ਵੇਂ ਮੁਖੀ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੂੰ ਦਿਖਾਇਆ ਗਿਆ ਵੀ ਉਹ ਕਿਵੇਂ ਕਾਂਗਰਸ ਦੇ ਲੀਡਰਾਂ ਦੇ ਨਾਲ ਵੋਟਾਂ ਦੀ ਸਾਜਗਾਠ ਕਰਦੇ ਨੇ, ਉਹਨਾਂ ਨੂੰ ਵੋਟਾਂ ਵਿੱਚ ਜਿਤਾਉਣ ਦਾ ਵਾਅਦਾ ਕਰਦੇ ਨੇ। ਇਹ ਜਿਹੜੇ ਦੋ ਸੀਨ ਨੇ ਟ੍ਰੇਲਰ ਵਿੱਚ ਉਜਾਗਰ ਹੋਏ ਨੇ, ਫਿਲਮ ਦੇ ਵਿੱਚ ਇਦੋਂ ਵੀ ਖਤਰਨਾਕ ਜਿਹੜੇ ਰੋਲ ਨੇ ਉਹ ਹੋ ਸਕਦੇ ਨੇ, ਤਾਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਇਹਨਾਂ ਦੋ ਸੀਨ ਦਾ ਕੋਈ ਹਿਸਟੋਰੀਕਲ ਬੇਸਿਸ ਨਹੀਂ, ਕੋਈ ਕ੍ਰੈਡੀਬਿਲਟੀ ਨਹੀਂ, ਕੋਈ ਆਈ ਵਿਟਨੈਸ ਨਹੀਂ, ਤਾਂ ਇਹ ਜਿਹੜੇ ਦੋ ਸੀਨ ਨੇ ਟ੍ਰੇਲਰ ਦੇ ਵਿੱਚੋਂ ਅਤੇ ਬਾਕੀ ਅਜਿਹੇ ਹੋਰ ਸੀਨ ਪੂਰੀ ਫਿਲਮ ਦੇ ਵਿੱਚੋਂ ਕੱਟੇ ਜਾਣੇ ਚਾਹੀਦੇ ਹੈ। ਦੇਖੋ ਸਾਨੂੰ ਉਮੀਦ ਹੈ ਵੀ ਆਉਣ ਵਾਲੇ 2-4 ਦਿਨਾਂ ਦੇ ਵਿੱਚ ਇਸ ਫਿਲਮ ਦੇ ਉੱਪਰ ਸੁਣਵਾਈ ਹੋਣੀ ਚਾਹੀਦੀ ਹੈ। ਕਈ ਵਾਰ ਦੇਖਿਆ ਕਿ ਪਹਿਲਾਂ ਵੀ ਕਈ ਫਿਲਮਾਂ ਦੇ ਖਿਲਾਫ ਹਾਈ ਕੋਰਟ ਪਟੀਸ਼ਨਾਂ ਪੈਂਦੀਆਂ ਰਹੀਆਂ ਨੇ, ਹਾਈ ਕੋਰਟ ਅਕਸਰ ਸਟੇ ਲਾਉਣ ਤੇ ਇਨਕਾਰ ਕਰ ਦਿੰਦਾ ਕਿ ਕਈ ਕਮੇਟੀ ਕੰਸਟੀਟਿਊਟ ਹੋ ਜਾਏ, ਆਪਸੀ ਵਿਵਾਦ ਦਾ ਹੱਲ ਨਿਕਲ ਜਾਵੇ। ਦੇਖੋ ਪਹਿਲਾਂ ਤਾਂ ਸਾਡੀ ਮੰਗ ਹੀ ਹੈ ਵੀ ਵਿਵਾਦ ਦਾ ਹੱਲ ਨਿਕਲਣਾ ਚਾਹੀਦਾ, ਵੀ ਜੋ ਉਹ ਗਲਤ ਸੀਨ ਪਾਏ ਨੇ ਵਿਦਆਊਟ ਐਨੀ ਹਿਸਟੋਰੀਕਲ ਬੇਸਿਸ ਨੇ, ਜੋ ਐਕਟ ਦੇ ਉਲਟ ਨੇ, ਲਾਅ ਦੇ ਉਲਟ ਨੇ, ਉਹ ਐਕਸਪੰਜ ਹੋਣੇ ਚਾਹੀਦੇ, ਡਿਲੀਟ ਹੋਣੇ ਚਾਹੀਦੇ ਆ, ਇਹੀ ਸਾਡੀ ਮੰਗ ਹੈ। ਫਿਲਮ ਦੇ ਬੈਨ ਦੀ ਮੰਗ ਕਰਦੇ ਸੀਨ ਕੱਟਣ ਦਾ? ਦੇਖੋ ਸਾਡੀ ਪਹਿਲੀ ਮੰਗ ਹੈ ਵੀ ਸੀਨ ਕੱਟੇ ਜਾਣੇ ਚਾਹੀਦੇ ਆ ਉਹ ਵਾਲੇ ਪੂਰੀ, ਤੇ ਉਹ ਜਦੋਂ ਤੱਕ ਫਿਲਮ ਜਦੋਂ ਤੱਕ ਕੇਸ ਚੱਲਦਾ ਸੀਨ ਨਹੀਂ ਕੱਟੇ ਜਾਂਦੇ ਕਮੇਟੀ ਬਣਦੀ ਹੈ ਰਿਵਿਊ ਦੇ ਲਈ, ਉਦੋਂ ਤੱਕ ਫਿਲਮ ਤੇ ਸਟੇ ਲੱਗਣੀ ਚਾਹੀਦੀ ਹੈ। ਪੂਰਨ ਤੌਰ ਤੇ ਅਸੀਂ ਫਿਲਮ ਦੇ ਬੈਨ ਦੀ ਮੰਗ ਨਹੀਂ ਕੀਤੀ, ਕਿਉਂਕਿ ਜਿਹੜਾ ਐਮਰਜੈਂਸੀ ਜਿਹੜੀ ਇਸ਼ੂ ਹੈਗਾ, ਐਮਰਜੈਂਸੀ 80 ਦੇ ਜਾਂ 84 ਤੋਂ ਪਹਿਲਾਂ ਦਾ ਇਸ਼ੂ ਹੈਗਾ, ਐਮਰਜੈਂਸੀ ਵਾਲੇ ਪਾਰਟ ਤੋਂ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਹੈ? ਮਤਲਬ ਐਮਰਜੈਂਸੀ ਵਾਲੇ ਪਾਰਟ ਕੋਈ ਨਹੀਂ, ਜੋ ਕੋਈ ਫਿਲਮ ਦਾ ਦੇਖੋ ਬਾਕੀ ਕਨਸੈਪਟ ਤੋਂ ਕੋਈ ਨਹੀਂ, ਅਸੀਂ ਤਾਂ ਜੋ ਇਸ ਦੀ ਜੋ ਐਜ਼ ਐਨ ਐਡਵੋਕੇਟਸ ਕਾਨੂੰਨੀ ਪੈਰਵੀ ਕਰ ਰਹੇ ਹਾਂ, ਜੋ ਦੋ ਨੌਜਵਾਨ ਨੇ ਗੁਰਿੰਦਰ ਸਿੰਘ ਤੇ ਜੋ ਜਗਮੋਹਨ ਸਿੰਘ, ਉਹਨਾਂ ਨੇ ਇਸੇ ਬਿਹਾਫ ਦੇ ਉੱਪਰ ਜੋ ਐਪਲੀਕੇਸ਼ਨ ਲਾਈ ਹੈ, ਤਾਂ ਉਸ ਦੇ ਰਿਗਾਰਡਿੰਗ ਸਾਨੂੰ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਨ ਵਾਲੇ ਸੀਨਸ ਤੇ ਇਤਰਾਜ਼ ਹੈ, ਕੋਈ ਪੂਰੀ ਫਿਲਮ ਤੇ ਨਹੀਂ।